ਸੁਨੈਣ ਤਾਂ ਕੀ ਆ, ਸੁਨੈਣ ਦੇ ਦੋਸਤ ਹੀ ਕਹਿ ਜੀ, ਮਿਹਰਬਾਨੀ, ਸ਼ੁਕਰੀਆ। ਚਲੋ ਜੀ, ਪਾਣੀ ਤਾਂ ਭਰਾ ਲਿਆ ਉਹਨਾਂ ਨੇ, ਅੰਦਰ ਲੈ ਚਲੀਏ ਪਹਿਲੇ ਕਹਿੰਦਾ ਉਹਨੂੰ। ਵੈਲਕਮ ਬੈਕ ਜੀ, ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਨਾਲ ਤਾਂ ਮਾਂ ਭੈਣ ਭਾਈਆਂ ਦੇ, ਅਸੀਂ ਮਿਹਨਤ ਕਰਨਾ ਹੈ ਸਾਡੇ ਦੇਖਣ ਨਾਲ ਤਾਂ ਮਾਂ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਗੇ। ਅਤੇ ਆਪਣਾ ਜੀ ਅੱਜ ਦਾ ਵਲੋਗ ਬੜਾ ਇੰਟਰਸਟਿੰਗ ਹੋਣਾ, ਅਸੀਂ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਮੁਕੰਮਲ ਵਾਚ ਕਰਨਾ। ਅਤੇ ਅੱਜ ਜੀ ਮਾਸ਼ਾਅੱਲਾ ਮੌਸਮ ਵੀ ਬਹੁਤ ਪਿਆਰਾ ਬਣਿਆ ਹੋਇਆ ਹੈਗਾ, ਦੇਖੋ ਠੰਡੀ ਠੰਡੀ ਹਵਾ ਚੱਲੀ ਹੋਈ ਹੈਗੀ, ਤਾਂ ਅੱਜ ਕੰਮ ਕਰਨ ਦਾ ਮਜ਼ਾ ਹੀ ਬੜਾ ਆਉਣਾ ਹੈਗਾ। ਪਰਸੋਂ ਤਾਂ ਆਪਾਂ ਕਰਦੇ ਜਿਹਾ ਸੇਨ ਜਿਹੜਾ ਇਹਦੀ ਸਫਾਈ ਵਗੈਰਾ ਕੀਤੀ ਸੀਗੀ, ਬੱਕਰੀਆਂ ਦੀ ਇਹਨਾਂ ਇੱਥੋਂ ਜਗ੍ਹਾ ਥੱਲੋਂ ਸਾਫ਼ ਕੀਤੀ, ਲੇਕਿਨ ਇਹਨਾਂ ਦਾ ਬਾਹਰ ਇੰਤਜ਼ਾਮ ਨਹੀਂ ਹੋ ਪਾ ਰਿਹਾ ਹੈਗਾ। ਜਿਹੜੀ ਬਾਹਰ ਛਾਂ ਬਣਾਉਣੀ ਸੀ ਨਾ, ਉਹਦੇ ਲਈ ਤੰਬੂ ਨਹੀਂ ਮਿਲਿਆ ਹੈਗਾ। ਪਰਸੋਂ ਅੱਬੂ ਜਾਨ ਜਦੋਂ ਗਏ ਸੀ ਨਾ ਸ਼ਹਿਰ, ਸ਼ਹਿਰ ਜਾ ਕੇ ਪਤਾ ਕਰ ਰਿਹਾ ਸੀ ਕਿੱਧਰੋਂ ਵੀ ਨਹੀਂ ਮਿਲਿਆ। ਕਿਰਾਏ ਤਾਂ ਮਿਲਦਾ ਸੀਗਾ, ਲੇਕਿਨ ਅੰਮੀ ਜਾਣ ਦਾ ਕਿਰਾਏ ਬਹੁਤ ਜ਼ਿਆਦਾ ਹੋਣਾ, ਤਕਰੀਬਨ 50-60 ਰੁਪਇਆ ਦਿਹਾੜੀ ਦਾ ਪੈਣਾ ਹੈਗਾ। ਅਤੇ ਅਗਰ ਆਪਾਂ ਮਹੀਨਾ ਹੀ ਲਾਈਏ, ਮਹੀਨਾ ਕੀ ਜਿੱਤਾਂ ਤਾਂ ਬੱਕਰੀਆਂ ਸਾਂਭਣੀਆਂ ਨਹੀਂ ਆ, ਸਾਂਭਦੇ ਤਾਂ ਰਹਿਣਾ ਹੀ ਹੈਗਾ। ਅਤੇ ਉਹਨਾਂ ਦੇ ਜਿਹੜਾ ਨਾ ਉਸ ਤਰ੍ਹਾਂ ਕਿਰਾਇਆ ਬਹੁਤ ਜ਼ਿਆਦਾ ਸੀ, ਕਿਹਾ ਮੁੱਲ ਅਸੀਂ ਲੈਣਾ ਹੈਗਾ ਤੁਸੀਂ ਦੇ ਦਿਓ, ਚਲੋ 5,000 ਦਾ ਦੇ ਦਿਓ। ਉਹਨਾਂ ਨੇ ਕਿਹਾ ਨਹੀਂ, ਅਸੀਂ ਵੇਚਣਾ ਨਹੀਂ ਹੈਗਾ, ਉਹਨੂੰ ਕਿਸੇ ਵੱਡੇ ਸ਼ਹਿਰੋਂ ਜਾ ਕੇ ਲੈਣਾ ਪਵੇਗਾ, ਜਾਂ ਫਿਰ ਬੰਦਾ ਉਸ ਤਰ੍ਹਾਂ ਦਾ ਨਾ ਜਿਵੇਂ ਉਹ ਗ੍ਰੀਨ ਸ਼ੇਡ ਲੱਗਿਆ ਹੋਇਆ ਹੈਗਾ, ਇਸ ਤਰ੍ਹਾਂ ਦਾ ਸ਼ਹਿਰੋਂ ਲੈ ਆਵੇ। ਅਤੇ ਜਿਹੜੀ ਹੈ ਆਪਣਾ ਪੱਤਾ ਜਿਹਾ ਲੱਗਿਆ ਹੋਇਆ ਹੈਗਾ ਉੱਤੇ, ਇਹ ਉੱਥੇ ਕੁਛ ਵੀ ਨਹੀਂ ਹੈਗਾ ਉਸ ਜਗ੍ਹਾ 'ਤੇ, ਤੁਹਾਨੂੰ ਪਤਾ ਹੈਗਾ ਇਹ ਤਾਂ ਇੱਕ ਸਾਈਡ ਤੋਂ ਪੂਰਾ ਆਵੇ ਗਿਆ। ਉਹ ਜੇ 3 ਪਰਦੇ ਹੋਣ ਨਾ, ਅਤੇ ਫਿਰ ਉੱਥੇ ਅੰਮੀ ਜਾਣੇ ਪੂਰੇ ਆ ਸਕਦੇ ਨੇਗੇ, ਨਾਲ ਗੱਡੇ ਹੋਣ ਤਾਂ, ਕਿਉਂਕਿ ਉਹ ਕਾਫੀ ਸਪੇਸ ਬਣ ਜਾਂਦੀ ਹੈਗੀ। ਅਤੇ ਬਾਕੀ ਮੈਂ ਤਾਂ ਵੈਸੇ ਸੋਚ ਰਿਹਾ ਹੈਗਾ ਅੱਜ ਜਿਹੜਾ ਸਭ ਤੋਂ ਪਹਿਲਾਂ ਕੰਮ ਕਰੀਏ ਨਾ, ਮਾਸ਼ਾਅੱਲਾ ਮੌਸਮ ਵੀ ਠੰਡਾ ਹੈਗਾ, ਅਤੇ ਜਿਹੜੇ ਆਪਣੇ ਕਚਰਾ ਵਗੈਰਾ ਪਿਆ ਇਹ ਸੁੱਕ ਜਾਈਏ ਘਰ 'ਚ, ਬਾਹਰ ਬੜਾ ਗੰਦਾ ਲੱਗਦਾ ਹੈਗਾ। ਅਤੇ ਫੱਟਾ ਵਗੈਰਾ ਜਿਹੜਾ ਹੈਗਾ ਵੈਸੇ ਤਾਂ ਵਿਹਲਾ ਨਹੀਂ ਪਿਆ ਹੈਗਾ, ਇਹਦੇ 'ਤੇ ਬੱਕਰੀਆਂ ਬੰਨੀਆਂ ਨੇ ਜੀ ਸਾਈਡਾਂ 'ਤੇ, ਇਹ ਇੱਥੇ ਉਲਟਾ ਮਾਰ ਲਵਾਂਗੇ ਸੈਕਿੰਡ ਟਾਈਮ, ਬੱਕਰੀਆਂ ਇੱਥੇ ਬਾਹਰ ਬੰਨਤੀ ਕਰਾਂਗੇ ਠੰਡੇ ਠੰਡੇ ਟਾਈਮ ਜਦੋਂ ਇੱਥੇ ਛਾਂ ਹੁੰਦੀ ਹੈਗੀ। ਅਤੇ ਉੱਧਰ ਅੱਬੂ ਜਾਣੇ ਆ ਸ਼ੋਪ ਖੋਲ੍ਹ ਕੇ ਬੈਠੇ ਹੋਏ ਨੇਗੇ ਅੱਜ ਸੁਬਾਹ ਸੁਬਾਹ ਹੀ। ਅੱਛਾ ਅੱਬੂ ਜੀ, ਨਹੀਂ ਉਹ ਸੁਨੈਣ ਹੋਰਾਂ ਨੇ ਕੱਲ੍ਹ ਉੱਥੇ ਬਹੁਤ ਸਮਾਨ ਖਿਲਾਰ ਤਾ, ਮੈਂ ਇਤਨੀ ਸਫਾਈ ਕੀਤੀ ਸੀਗੀ ਸ਼ੋਪ ਦੀ। ਚਲੋ ਅੱਛਾ ਕੋਈ ਨਾ, ਬਾਕੀ ਮਾਸ਼ਾਅੱਲਾ ਇੱਥੇ ਠੰਡਾ ਮੌਸਮ ਬਣਿਆ ਹੋਇਆ, ਅੱਬੂ ਜਾਣ ਦੇ ਬਾਅਦ ਖੋਲ੍ਹ ਕੇ ਬੈਠੇ ਨੇ। ਚਲੋ ਜਿਹੜੇ ਕੋਲ ਬੱਚਿਆਂ ਦੀ ਚੀਜ਼ ਵਗੈਰਾ ਲੈਣੀ ਉਹ ਵੀ ਲੈ ਲਵਾਂਗੇ, ਇੱਕ ਜਿਹਾ ਇੱਥੇ ਠੰਡੀ ਹਵਾ ਵੀ ਲੱਗ ਰਹੀ ਹੈ। ਹਵਾ ਤਾਂ ਉੱਥੇ ਗਾਰੇ ਲੱਗ ਰਹੀ ਸੀ, ਇਹੀ ਹੈਗਾ ਕਿ ਚਲੋ ਸ਼ੋਪ ਖੁੱਲ੍ਹੀ ਹੋਈ ਨਾ, ਕੋਈ ਨਾ ਕੋਈ ਬੱਚਾ ਆਉਂਦਾ ਰਹਿੰਦਾ ਚੀਜ਼ ਵਗੈਰਾ ਲਵਾਂ। ਅਤੇ ਸੁਨੈਣ ਸਾਹਿਬ ਇੰਤਜ਼ਾਰ ਕਰ ਰਹੇ ਨੇਗੇ ਪਾਣੀ ਵਾਲੇ ਦਾ, ਉਹ ਕਿੱਥੇ ਗਿਆ, ਵੱਗ ਗਿਆ ਤਾਂ ਫਿਰ ਇੱਥੇ ਲੈ ਕੀ ਖਾਤਾ ਹੈਗਾ, ਇਹਨਾਂ ਨੂੰ ਘਰ ਲੈ ਚੱਲ ਆ ਜਾਂਦਾ ਹੈਗਾ। ਦਰਅਸਲ ਅੱਗੇ ਕਹਿ ਰਹੇ ਸੀਗੇ ਰਿਕਸ਼ੇ ਵਾਲਾ ਜਿਹੜਾ ਨਾ ਸਕੂਲ ਵਾਲੀ ਗਲੀ, ਚਲੋ ਮੁੜੋ ਆ ਜਾਂਦਾ, ਮੈਂ ਕਿ ਚੱਲਾ ਨਾ ਗਿਆ ਹੋਵੇ। ਅੱਬੂ ਜਾਣਾ ਹਵਾ ਚੱਲੀ ਹੋਈ ਉੱਡ ਜਾਣੇ ਨੇਗੇ, ਵਿਚਾਰਾ ਕਿੱਥੇ ਕਾਬੂ ਕਰ ਖੋਤਾ ਰਹੇ। ਸੁਨੈਣ ਤਾਂ ਕੀ ਆ, ਸੁਨੈਣ ਦੇ ਦੋਸਤ ਹੀ ਕਹਿਣ ਚੱਕ ਕੇ ਇੰਤਜ਼ਾਰ ਕਰ ਰਹੇ ਨੇਗੇ ਰਿਕਸ਼ੇ ਵਾਲੇ ਦਾ, ਇਹਦਾ ਪਾਣੀ ਲੈ ਕੇ ਆ ਜਾਂਦਾ, ਚਲੋ ਜਦੋਂ ਆਇਆ ਉਦੋਂ ਭਰਾ ਲਵਾਂਗੇ। ਅਤੇ ਅੱਜ ਹੀ ਸੁਬਹਾ ਸੁਬਹਾ ਆਪਣੇ ਪਿੰਡ ਵੀ ਬਿਜਲੀ ਚਲੀ ਗਈ ਹੈਗੀ, ਅੱਲਾਹ ਵਾਲੇ ਨਾ ਤਾਂ ਹੀ ਪਤਾ ਠੰਡੀ ਹਵਾ ਚੱਲੀ ਹੋਈ ਹੈਗੀ, ਨਹੀਂ ਤਾਂ ਬਸ ਬਣੀ ਹੋਣੀ ਸੀਗੀ। ਸੁਬਹਾ ਸੁਬਹਾ ਗਰਮੀ ਬਹੁਤ ਜ਼ਿਆਦਾ ਹੁੰਦੀ ਨਾ, ਸੂਰਜ ਬੜੇ ਤੇਜ਼ੀ ਨਾਲ ਨਿਕਲਦਾ ਹੈਗਾ ਸੁਬਹਾ ਸੁਬਹਾ। ਅਤੇ ਬਾਕੀ ਇਸ ਵਜ੍ਹਾ ਤੋਂ ਪਿੰਡ ਦੇ ਸਾਰੇ ਜਿਹੜੇ ਨਾ ਅੱਗੇ ਫਿਲਟਰ ਤੋਂ ਪਾਣੀ ਭਰ ਲੈਂਦੇ ਸੀਗੇ, ਅੱਜ ਰਿਕਸ਼ੇ ਵਾਲੇ ਇੰਤਜ਼ਾਰ ਤੱਕ ਉੱਥੇ ਨੇ, ਅੱਗੇ ਜਦੋਂ ਬਿਜਲੀ ਨਹੀਂ ਸੀ ਉਦੋਂ ਹੀ ਐਵੇਂ ਹੀ ਹੋਇਆ ਸੀਗਾ। ਅਤੇ ਨਲਕਾ ਜਿਹੜਾ ਇਹ ਵੀ ਅੱਜ ਬੜਾ ਕੰਮ ਦੇ ਰਿਹਾ, ਜਿੰਨੇ ਕੋਈ ਬਰਤਨ ਵਗੈਰਾ ਧੋਣੇ ਨੇਗੇ ਜਾਂ ਪਾਣੀ ਚੱਕ
ਲਾ ਜੀ ਠੰਡਾ ਠਾਰ ਪਾਣੀ ਨਲਕੇ ਦਾ, ਸਾਫ਼ ਸੁਥਰਾ ਪਾਣੀ, ਕੋਈ ਵਿੱਚ ਕਚਰਾ ਵਗੈਰਾ ਰੇਤ ਵਗੈਰਾ ਜਿਵੇਂ ਆਉਂਦੀ ਨਾ, ਨਹੀਂ ਜਦੋਂ 2-3 ਦਿਨ ਖਲਾ ਰਵੇ ਨਾ ਉਦੋਂ ਫਿਰ ਥੋੜ੍ਹੀ ਬਹੁਤੀ ਇਹਦੇ ਰੇਤ ਆਵਣ ਲੱਗ ਜਾਂਦੀ, ਲੇਕਿਨ ਜਦੋਂ ਇਹਨੂੰ ਗੇੜਨਾ ਹੁੰਦਾ ਨਾ ਗੇੜਨ ਤੋਂ ਬਾਅਦ ਫਿਰ ਉਵੇਂ ਰੇਤ ਦੇਵਣ ਲੱਗ ਜਾਂਦਾ ਹੈਗਾ। ਦਰਅਸਲ ਅਗਰ ਇਹ ਯੂਜ਼ ਹੁੰਦਾ ਰਹੇ ਨਾ ਤਾਂ ਇਹਦਾ ਪਾਣੀ ਇਤਨਾ ਸਾਫ਼ ਨਿਕਲ ਜਾਵੇ, ਮੈਂ ਕਹਿੰਦਾ ਪਿੰਡ ਵਾਲਾ ਫਿਲਟਰ ਕੁਛ ਵੀ ਨਹੀਂ ਹੈਗਾ, ਇਹਦੇ ਪਾਣੀ ਦਾ ਜ਼ਾਇਕਾ ਵੀ ਠੀਕ ਹੈਗਾ। ਅਤੇ ਉਹਨੀ ਫਿਰ ਠੰਡੀਆਂ ਵਾਵਾਂ ਚੱਲੀਆਂ ਹੋਈਆਂ, ਨਹੀਂ ਇਹ ਕੰਮ ਕਰਨ ਕੋਈ ਟੈਨਸ਼ਨ ਨਹੀਂ ਹੋਣੀ ਹੈਗੀ, ਇਹ ਬਜਰੀ ਵੀ ਉੱਤੇ ਉੱਤੇ ਕਰ ਦਿੰਦੇ ਹਾਂ ਅਤੇ ਜੇ ਰੋੜੇ ਨੇ ਚੱਕ ਕੇ ਲੈ ਚੱਲਣੇ ਹਾਂ ਘਰ ਦੇ ਅੰਦਰ, ਉਹ ਜਿੱਥੇ ਤੁਹਾਨੂੰ ਦੱਸਿਆ ਦਰਵਾਜ਼ੇ ਦੇ ਵਿੱਚ ਸਾਰੇ ਜੋੜ ਲਏ ਹਾਂਗੇ। ਜਿਹੜਾ ਇਹਨਾਂ 'ਚ ਇਸ ਤਰ੍ਹਾਂ ਦਾ ਕੋਈ ਕਚਰਾ ਵਗੈਰਾ ਹੈਗਾ ਇਹਦਾ ਵੀ ਉੱਥੇ ਘਰ 'ਚ ਹੀ ਇੰਤਜ਼ਾਮ ਕਰ ਲੈਂਦੇ ਹਾਂਗੇ, ਉਹ ਤੁਹਾਨੂੰ ਬਾਅਦ ਮੈਂ ਦੱਸਣਾ ਹੈਗਾ। ਵੈਸੇ ਰੋੜੇ ਚੱਕ ਕੇ ਲਿਜਾਉਂਦੇ ਹਾਂ ਤਾਂ ਮੈਨੂੰ ਕਾਫ਼ੀ ਟਾਈਮ ਲੱਗ ਜਾਣਾ ਹੈਗਾ, ਕਿਉਂਕਿ 2-3 ਰੋੜੇ ਜਿਹੜੇ ਨੇ ਇੰਨੇ ਚੱਕੇ ਜਾਣੇ ਨੇਗੇ। ਛੱਤ ਜਿਹੜੀ ਰੇਹੜੀ ਰੱਖਿਆ ਹੋਇਆ ਸੀ ਨਾ ਉਹ ਰੇਹੜੀ ਲੈ ਲਾਂਗੇ, ਰੇਹੜੀ ਬਾਰ ਬਾਰ ਕੇ ਇੱਥੋਂ ਲੈ ਜਾਵਾਂਗਾ ਰੋੜਿਆਂ ਦੀ, ਉਹ ਮੇਰੇ ਨਾਲ ਆਸਾਨੀ ਬਣ ਜਾਣੀ, ਉਹ ਤਕਰੀਬਨ 3-4 ਫੇਰੇ ਬਣਨਗੇ ਸਾਰੇ ਰੋੜੇ ਚਲੇ ਜਾਣੇ ਨੇਗੇ, ਉਹ 5 ਮਿੰਟ ਲੱਗਣਗੇ। ਇਸ ਤਰ੍ਹਾਂ ਮੈਨੂੰ ਤਕਰੀਬਨ 1.5 ਘੰਟਾ ਲੱਗ ਜਾਣਾ ਹੈ ਹੱਥਾਂ ਨਾਲ ਡੋਲਦਿਆਂ ਡੋਲਦਿਆਂ। ਚਲੋ ਸੱਸੂ ਰੇਹੜੀ ਲਾਈਏ, ਕੱਲ੍ਹ ਰੱਖੀ ਹੈਗੀ, ਅੱਜ ਲਾ ਲੈਂਦੇ ਹਾਂ, ਪਰਸੋਂ ਰੱਖੀ ਸੀ ਸਰ। ਬਾਕੀ ਮੈਂ ਹੁਣ ਫਿਰ ਚੱਲਣਾ ਹੈਗਾ ਛੱਤ 'ਤੇ, ਅਤੇ ਉਦੋਂ ਨਾ ਸਾਡੇ ਪੜੋਸੀ ਉਮਰ ਹੈਗਾ ਛੋਟਾ, ਉਹਦੀ ਨਾ ਸਿਸਟਰ ਜੁੱਤੀ ਲਵਣ ਲੱਗੀ ਹੈਗੀ, ਫਿਰ ਉਹਦੀ ਵਾਲਦਾ ਜੀ ਇਹਨਾਂ ਨੂੰ ਲਿਆਈ ਬੈਠੀ ਹੈਗੀ ਜੁੱਤੀ ਖਰੀਦਣ ਲੱਗੇ ਨੇਗੇ। ਬਾਕੀ ਇਹ ਨਾ ਗਰਾਰੀ ਸੈੱਟ ਪਿਆ ਹੈਗਾ ਆਪਣੇ ਮੋਟਰਸਾਈਕਲ ਦਾ, ਗਰਾਰੀ ਸੈੱਟ ਜਿਹੜਾ ਨਾ ਚੇਂਜ ਕਰਾਇਆ, ਖਰਾਬ ਹੋ ਗਿਆ ਸੀ, ਦੰਦ ਦੱਸਦਾ ਸੀ ਨਾ ਆਵਾਜ਼ਾਂ ਕਰਦਾ ਆ ਗਿਆ, ਅਤੇ ਅੱਬੂ ਜਾਨ ਕੱਲ੍ਹ ਜਦੋਂ ਗਏ ਨੇਗੇ ਇੱਥੇ ਛੋਟਾ ਕੰਮ ਸੀਗਾ, ਅਤੇ ਉਦੋਂ ਵਾਪਸੀ ਦਾ ਫਿਰ ਚੇਂਜ ਕਰਾਇਆ ਨੇ। ਇਹ ਪਹਿਲੇ ਵਾਲੀ ਗਰਾਰੀ ਹੈ ਨਾਲ ਦਾ ਚੈਨ, ਗਰਾਰੀ ਸੈੱਟ ਮੁਕੰਮਲ ਹੀ ਗਿਆ ਨਾ ਕਰਾਉਣ ਵਾਲਿਆਂ ਦਾ, ਚੇਂਜ ਕਰਾਇਆ ਹੈਗਾ। ਇਹ ਤਾਂ ਛੱਤ ਰੱਖਾਂਗੇ, ਅਤੇ ਕਾਫ਼ੀ ਮੇਰੇ ਭੈਣ ਭਾਈ ਜੀ ਇਹਨਾਂ ਕਮੈਂਟ ਕਰ ਰਹੇ ਸੀ ਅਸਲ ਸੀ ਛੱਤ ਦੀ ਵੀ ਸਫਾਈ ਕਰੋ, ਅਸਲ ਤਾਂ ਛੱਤ ਜਾਂ ਸਮਾਨ ਪਿਆ ਨਾ ਇਹ ਹੁਣ ਥੱਲੇ ਤਾਂ ਆਪਾਂ ਲਾ ਕੇ ਰੱਖ ਨਹੀਂ ਸਕਦੇ, ਇੱਥੇ ਹੀ ਰੱਖਣਾ ਹੈਗਾ। ਅਤੇ ਵੈਸੇ ਇਨਸ਼ਾਅੱਲਾ ਤਾਲਾ ਦੀ ਸਫਾਈ ਕਰਨੇ ਜਦੋਂ ਨਾ ਸਮਾਨ ਹੋਰ ਆਪਣਾ ਕਿਧਰੇ ਲੱਗ ਗਿਆ, ਇਹ ਫੱਟਾ ਜਿਹੜਾ ਟੁੱਟਿਆ ਪਿਆ ਇਹਨੂੰ ਰਿਪੇਅਰ ਕਰਨੇ ਆ ਜਾਂ ਫਿਰ ਇਹਨੂੰ ਤੋੜ ਕੇ ਬਾਲ ਲੈਂਦੇ ਅੱਗ, ਅੱਗ ਤਾਂ ਨਹੀਂ ਬਾਲਣੀ, ਫੱਟਾ ਕਾਮਯਾਬ ਹੈਗਾ, ਬਸ ਇਹਦੀ ਨਹੀਂ ਲੱਤਾਂ ਜੀ ਉਹ ਨਿਕਲ ਗਈਆਂ ਨੇਗੀ ਥੱਲੋਂ, ਉਹਦੀ ਜਿੰਨ 2 ਕਿੱਲ ਲੱਗਣੇ ਨੇ ਜੋ ਠੀਕ ਕਰ ਲੈਂਦੇ ਹਾਂ। ਬਾਕੀ ਸਾਰੀ ਚੀਜ਼ਾਂ ਜ਼ਰੂਰਤ ਦੀਆਂ ਨੇਗੀਆਂ, ਇਹ ਹੈਗੀ ਕਿ ਇੱਥੇ ਕੁੰਜੀਜੀਆਂ ਪੀਣ ਉੱਥੇ ਥੱਲੇ ਰੱਖੀ, ਸੇਨ ਜਿਹੜਾ ਨਾ ਭਰਿਆ ਭਰਿਆ ਜਿਹਾ ਕਿਵੇਂ ਲੱਗਦਾ, ਗੰਦਾ ਲੱਗਦਾ ਹੈਗਾ, ਇਸ ਵਜ੍ਹਾ ਤੋਂ ਇੱਥੇ ਰੱਖੀਆਂ ਨੇ। ਅਤੇ ਆਪਾਂ ਹੁਣ ਰੇਹੜੀ ਲੈ ਚੱਲਣੀ ਥੱਲੇ, ਕਿਉਂਕਿ ਰੋੜੇ ਜਿਹੜੇ ਨੇ ਰੇਹੜੀ 'ਚ ਪਾ ਕੇ ਅੰਦਰ ਲੈਣੇ ਆ ਘਰ, ਅਤੇ ਇਹ ਉੱਤੇ ਥੱਲੇ ਸਾਰੀ ਚੀਜ਼ ਹੋਈਆਂ ਪਈਆਂ, ਉਹ ਜੀਆਂ ਟੈਲਾਂ ਜਿਹੜੀਆਂ ਨੇਗੀਆਂ ਉਹ ਸਾਰੀਆਂ ਇੱਕ ਸਾਈਡ 'ਤੇ ਜੋੜ ਕੇ ਰੱਖੀਆਂ ਹੋਈਆਂ। ਚਲੋ ਜੀ ਹੁਣ ਫਿਰ ਇਹਨੂੰ ਥੱਲੇ ਲੈ ਚੱਲੀਏ, ਅਤੇ ਬਾਕੀ ਇਨਸ਼ਾਅੱਲਾ ਤਾਲਾ ਨਾਨ ਕਰੀਬ ਹੀ ਹੈ ਵੀ ਸਫਾਈ ਕਰਨੇ ਹੈਗੇ, ਇੰਨਾ ਇੰਨਾ ਸਟੋਰ ਰੂਮ ਵਿੱਚ ਜਾਂ ਕਿਧਰੇ ਹੋਰ ਦੇ ਸਾਰੀ ਚੀਜ਼ਾਂ ਕੁੰਝ ਕੇ ਰੱਖਾਂਗੇ, ਛੱਤ ਵੀ ਜਿਹੜਾ ਬਿਲਕੁਲ ਸਾਫ਼ ਹੋ ਗਈ। ਮੇਰਾ ਦਿਲ ਹੈਗਾ ਇੱਥੇ ਉੱਤੇ ਨਾ ਬੱਕਰੀਆਂ ਦੀ ਕੋਈ ਜਗ੍ਹਾ ਬਣਾ ਲ, ਬੰਦਾ ਵਾੜ ਬਣ ਜਾਵੇ ਨਾ ਕਰੀ ਜਾਂਦੀ, ਇੱਥੇ ਇੱਟਾਂ ਇਤਨੀਆਂ ਨਹੀਂ ਲੱਗਣੀਆਂ ਸੀਗੀਆਂ, ਅਤੇ ਫਿਰ ਜੇ ਬੰਦਾ ਜਗ੍ਹਾ ਬਣਾ ਲਾ, ਇਹ ਤਾਂ ਮੈਂ ਬਣਾ ਲੈਣੀ ਸੀ ਜਗ੍ਹਾ, ਲੇਕਿਨ ਨਾ ਉੱਧਰ ਬਿੱਲ ਵਾਲੀ ਟੈਨਸ਼ਨ ਨਾ ਬਣਦੀ ਉਹਨਾਂ ਨੂੰ, ਹਾਲਾਂਕਿ ਦੇਖ ਲਓ ਹਾਫ ਪੈਸੇ ਦਿੱਤੇ ਨੇ, ਫਿਰ ਵੀ ਜੇ ਇਹਨਾਂ ਕਰਦਾ ਇਸ ਮਹੀਨੇ ਦਾ ਨਿਜ਼ਾਮ ਕਿਵੇਂ ਚੱਲੂ, ਇਹੀ ਸਾਡੀ ਟੈਨਸ਼ਨ ਬਣੀ ਹੋਈ। ਕੋਈ ਨਹੀਂ ਇਨਸ਼ਾਅੱਲਾ ਤਾਲਾ ਦੇਖਣੇ ਹਨ ਅੱਗੇ, ਸ਼ੋਪ ਵਗੈਰਾ ਤਾਂ ਕੁਛ ਨਾ ਕੁਛ ਕਰਨੇ ਆਗੇ, ਉਧਾਰ ਵਗੈਰਾ ਤਾਂ ਲੈਣਾ ਨਹੀਂ ਹੈਗਾ, ਲੇਕਿਨ ਇਹ ਹੈਗਾ ਕਿ ਥੋੜ੍ਹਾ ਥੋੜ੍ਹਾ ਕਰਕੇ ਨਾ ਜਿਵੇਂ ਵੀ ਹੈਗਾ, ਜੇਕਰ ਸਮਾਨ ਇਹਦੇ ਵਧਾਈਏ, ਜਿਵੇਂ ਸ਼ੁਰੂ ਕੀਤੀ ਸੀ ਦੁਕਾਨ ਇਹੀ ਸੋਚ ਲੈਂਦੇ, ਜਿਵੇਂ ਕਾਰੋਬਾਰ ਪਹਿਲੇ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਨਾ, 3-4 ਹਜ਼ਾਰ 5 ਹਜ਼ਾਰ ਜਿੰਨਾ ਕੋਲ ਹੋਵੇ ਬੰਦਾ ਜਾ ਕੇ ਉਦੋਂ ਸਮਾਨ ਲੈ ਆਵੇ, ਦੁਕਾਨ ਜੇ ਇੰਨਾ ਆਹਿਸਤਾ ਆਹਿਸਤਾ ਪਹਿਲੇ ਤਰ੍ਹਾਂ ਇਨਸ਼ਾਅੱਲਾ ਤਾਲਾ ਕਾਮਯਾਬ ਕਰਨੇ ਅੱਗੇ ਸਿਰਫ ਥੋੜ੍ਹਾ ਕੰਮ ਸ਼ੁਰੂ ਕਰਨਾ। ਦਰਅਸਲ ਨਾ ਮੈਂ ਅਗਰ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਨਾ ਨਾ, ਜਿਤਨੀ ਮੈਂ ਕੋਸ਼ਿਸ਼ ਕਰਾਂਗਾ ਮੈਂ ਜਲਦੀ ਉਹ ਕੰਮ ਸ਼ੁਰੂ ਕਰ ਪਾਵਾਂ, ਉਤਨਾ ਹੀ ਲੇਟ ਹੋ ਜਾਂਦਾ। ਜਿਵੇਂ ਕਿ ਤੁਸੀਂ ਆਪ ਦੇਖ ਲਓ ਛਾਂ ਮੈਂ ਸੋਚਿਆ ਸੀ ਉਸੇ ਦਿਨ ਬਣ ਜਾਂਦੀ, ਲੇਕਿਨ ਕਿੱਧਰੋਂ ਹੀ ਨਹੀਂ ਇਸ ਤੰਬੂ ਦਾ ਇੰਤਜ਼ਾਮ ਹੋਇਆ। ਅਤੇ ਐਵੇਂ ਹੋਰ ਵੀ ਕਾਫ਼ੀ ਕੰਮ ਨੇਗੇ ਜਿਹੜਾ ਮੈਂ ਕੰਮ ਜਿਹੜਾ ਨਾ ਕੋਸ਼ਿਸ਼ ਕਰਨਾ ਹੈਗਾ ਕਿ ਮੈਂ ਜਲਦੀ ਕਰ ਲਵਾਂ, ਉਹ ਹੀ ਲੇਟ ਹੋ ਜਾਂਦਾ ਹੈਗਾ, ਅੱਲਾ ਲਈ ਕੋਈ ਹੈਗੀ। ਅਤੇ ਚਲੋ ਜੀ ਚੱਲੀਏ ਲੈ ਕੇ ਇਹਨੂੰ ਥੱਲੇ, ਇੱਥੇ ਉੱਤੇ ਗੱਲਾਂ ਖੜ੍ਹੇ ਹੋਏ ਹਾਂ।
ਤੇ ਮੈਂ ਜੀ ਕੰਮ ਨੂੰ ਲੱਗਿਆ ਹੋਇਆ ਸੀਗਾ ਤੇ ਅੰਕਲ ਰਿਕਸ਼ੇ ਵਾਲੇ ਵੀ ਆ ਕੇ ਨੇ ਪਾਣੀ ਲੈ ਕੇ ਫਿਲਟਰ ਦਾ ਪਾਣੀ ਭਰਾ ਲਈਏ ਤਿੰਨਾਂ ਬਰਤਨਾਂ 'ਚ। ਮਿਹਰਬਾਨੀ, ਸ਼ੁਕਰੀਆ। ਚਲੋ ਜੀ, ਪਾਣੀ ਤਾਂ ਭਰਾ ਲਿਆ ਉਹਨਾਂ ਨੇ, ਅੰਦਰ ਲੈ ਚਲੀਏ ਪਹਿਲੇ ਕਹਿਣਾ ਨੂੰ, ਉਸ ਤੋਂ ਬਾਅਦ ਸਰੇੜੀ ਲੈ ਜਾਵਾਂਗੇ। ਇੱਥੇ ਰੱਖੀਏ ਸੀੜੀਆਂ 'ਤੇ, ਇੱਥੋਂ ਫਿਰਨਾ ਅੱਗੇ। ਕੂਲਰ ਵਗੈਰਾ ਪਾਣੀ ਭਰਨ ਲਈ ਆਸਾਨੀ ਹੋ ਜਾਂਦੀ ਕਿਉਂਕਿ ਵਧ ਨਹੀਂ ਆਉਂਦਾ ਨਾ ਕੈਨ ਵਗੈਰਾ। ਇਹ ਲਈ ਡੇਰੀ ਹੈਗੀ ਕਚਰੇ ਦੀ, ਇਹਦੇ 'ਚ ਬਰੀਕ ਬਰੀਕ ਰੋੜੀਆਂ ਵੀ ਨੇਗੀਆਂ। ਰੋੜੀ ਇੱਥੇ ਖਿਲਰ ਜਾਵੇਗੀ, ਇੱਥੇ ਬੱਕਰੀ ਖੜੀ ਜਾਂਦੀ ਥੱਲੇ ਵਾਲੀ ਜਗ੍ਹਾ 'ਤੇ, ਉੱਤੇ ਬੰਦਾ ਥੋੜ੍ਹੀ ਥੋੜ੍ਹੀ ਰੇਤ ਸਿੱਟ ਦਿੰਦਾ ਹੈਗਾ, ਬਰਾਬਰ ਲੇਵਲ ਜਗ੍ਹਾ ਹੋ ਜਾਵੇਗੀ। ਅਤੇ ਇਹ ਬਾਕੀ ਰੋੜੇ ਵਗੈਰਾ ਦੇ ਜਿਹੜੇ ਕਾਰ ਆਮਦ ਨੇਗੇ ਕਿ ਜਿਹੜੇ ਇੱਥੇ ਜੋੜ ਸਕਦੇ ਨੇਗੇ ਉੱਥੇ ਜੋੜ ਦਿੰਦੇ ਹਾਂ, ਬਾਕੀ ਜਿਹੜੇ ਹੋਏ ਉਹ ਵੀ ਉੱਥੇ ਉੱਤੇ ਕੁੱਟ ਦੇਵਾਂਗੇ, ਉਹ ਕੁੱਟ ਦੇਵਾਂਗੇ ਥੋੜ੍ਹੇ ਬਹੁਤੇ ਵੱਡੇ ਨੇਗੇ। ਅਤੇ ਬਾਹਰ ਜਿਹੜੀ ਆਈ ਪਹਿਲੇ ਬਾਹਰ ਦਾ ਕੰਮ ਜਿਹੜਾ ਨਾ ਮੈਂ ਤਾਂ ਸੋਚ ਰਿਹਾ ਹੈਗਾ ਖਤਮ ਕਰ ਲਈ, ਉਸ ਤੋਂ ਬਾਅਦ ਹੀ ਅੰਦਰ ਜਿਹੜਾ ਨਾ ਜੋੜਨ ਵਾਲਾ ਕੰਮ ਬਾਅਦ ਕਰਾਂਗੇ। ਕਿਉਂਕਿ ਇਹ ਦੇਖੋ ਨਾ, ਇਹ ਜਗ੍ਹਾ ਥੋੜ੍ਹੀ ਸਾਫ਼ ਹੋਈ, ਕਿਤਨੀ ਪਿਆਰੀ ਲੱਗ ਰਹੀ। ਐਵੇਂ ਅਗਰ ਉਹਦੀ ਸਾਈਡ 'ਤੇ ਝਾੜੂ ਵਗੈਰਾ ਥੱਲੋਂ ਦੇ ਦਿੱਤਾ ਜਾਵੇ ਨਾ, ਪਰੀਸ਼ਾ ਦੀ ਬਲਕਿ ਮੈਂ ਤਾਂ ਡਿਊਟੀ ਲਾਉਣਾ, ਮੈਂ ਕਿਹਾ ਤੁਸੀਂ ਝਾੜੂ ਵਗੈਰਾ ਦਿਓ ਔਰ ਝਾੜੂ ਦੇ ਕੇ ਸਫਾਈ ਕਰਦੀ ਹੈਗੀ, ਅਤੇ ਮੈਂ ਜਿਹੜਾ ਨਾ ਫਿਰ ਆਪੇ ਰੋੜੇ ਜਿਹੜੇ ਨੇਗੇ ਉਹ ਜੋੜ ਲੈਂਦਾ। ਔਰ ਬਾਕੀ ਬਿਜਲੀ ਤਾਂ ਆਇਆ ਨਹੀਂ, ਫਰਸ਼ ਵੀ ਜਿਹੜਾ ਦੋਣਾ ਸੀਗਾ, ਲੇਕਿਨ ਇਹ ਪਹਿਲੇ ਕੰਮ ਜਿਹੜਾ ਨਾ ਸਾਫ਼ ਸਫਾਈ ਵਾਲਾ ਖਤਮ ਕਰੀਏ, ਉਸ ਤੋਂ ਬਾਅਦ ਦੇਖੋ ਹੋਰ ਵੀ ਕੰਮ ਨੇ ਉਹ ਬਾਅਦ ਦੇਖਣੇ ਆ। ਪ੍ਰੀਸ਼ਾ ਅਤੇ ਇਮਾਨ ਫਾਤਮਾ ਲੱਗਦਾ ਤੂੰ ਪਾਣੀ ਭਰਦੀ ਫਿਰਦੀ, ਚਲੋ ਇਹਨੂੰ ਫਰਿੱਜ ਰੱਖ, ਤੂੰ ਜਾ ਝਾੜੂ ਚੱਕ ਬਾਹਰ ਹੈ ਨਾ ਫਰਸ਼, ਉਹਦੇ ਤੂੰ ਝਾੜੂ ਦੇ ਦੇ, ਸਫਾਈ ਹੋ ਜਾਵੇਗੀ। ਚਲੋ ਮੈਂ ਜਿਹੜਾ ਨਾ ਇਹ ਜੋੜਨਾ ਪਹਿਲੇ ਕਿ ਬਲਕਿ ਪਹਿਲੇ ਆ ਥੱਲੇ ਖਿਲਾਰ ਲਈ ਇਸ ਜਗ੍ਹਾ 'ਤੇ, ਉਸ ਤੋਂ ਬਾਅਦ ਫਿਰ ਜੋੜਨੀਆਂ ਸ਼ੁਰੂ ਕਰਨਾ।
ਬੱਕਰੀਆਂ ਨੂੰ ਤੰਗ ਨਹੀਂ ਕਰਨਗੇ ਕੁਛ, ਮੇਰੇ ਭੈਣ ਭਾਈ ਕਵਣਗੇ ਹੁਣ ਥੱਲੋਂ ਚੁੱਭਣਗੇ ਬੱਕਰੀਆਂ ਬਹਣਗੇ, ਕੁਟਾਈ ਕਰਦੇ ਨੀ ਨੇ ਜਿਵੇਂ ਥੱਲੇ ਮਿੱਟੀ ਪਹਿਲੇ ਹੈਗੀ ਉਸ ਤਰ੍ਹਾਂ ਇਹਨਾਂ ਨੇ ਉੱਤਰ ਨੇ ਥੋੜੀ ਬਹੁਤੀ ਰੇਤ ਸੇਟ ਦੇਵਾਂਗੇ, ਰੇਤ ਨਾ ਬਣਾ ਕੇ ਲੈਵਲ ਹੋ ਜਾਵੇਗਾ। ਪ੍ਰਿਸ਼ਾ ਜੀ ਇੱਥੋਂ ਬਾਹਰੋਂ ਝਾੜੂ ਦੇ ਰਹੀ ਹੈਗੀ ਤੇ ਮੈਂ ਉਹ ਵਾਲੀ ਰੇਤ ਚੱਕ ਲੈਣਾ, ਉਹ ਤਾਂ ਸਾਰੀ ਖਿਲਰ ਰਹੀ ਹੈਗੀ, ਮਿੱਟੀ ਰਲਦੀ ਜਾ ਰਹੀ ਹੈਗੀ। ਚਲੋ ਨਾ ਉਹ ਜਿਹੜੇ ਹੁਣ ਰੋੜੀ ਖਿਲਾਰੀ ਉਹਦੇ ਉੱਤੇ ਪਾਉਂਦੇ ਆ ਕਿ ਥੱਲੋਂ ਨਾ ਬੱਕਰੀਆਂ ਕੋਈ ਤੰਗੀ ਤਕਲੀਫ ਨਾ ਬਣੇ ਰੋੜੀਆਂ ਦੀ ਵਜ੍ਹਾ ਤੋਂ। ਚਲੋ ਜੀ ਰੇੜੀ ਲੈ, ਰੇੜੀ ਪਾੜ ਕੇ ਲੈ ਚੱਲੀਏ। ਬੱਕਰੀ ਡਰ ਕੇ ਉਹਦੇ ਟੱਪ ਗਈ, ਉਹਨੂੰ ਹੈਗਾ ਪਤਾ ਨੀ ਥੱਲੇ ਕੀ ਚੀਜ਼ ਪਾਵਣ ਲੱਗੇ। ਇਹ ਪਾਣੀ ਉਹਦੇ ਪਾਤਾ ਨਾ, ਬੜੀ ਠੰਡੀ ਠੰਡੀ ਜਗ੍ਹਾ ਬਣ ਜਾਣੀ। ਡੇਰੀ ਇੱਥੇ ਸਾਈਡਾਂ ਤੇ ਖਿਲਾਰ ਦਈਏ, ਇੰਝ ਹੋਵੇਗੀ ਮਿੱਟੀ ਪਾਈ ਹੋਈ ਹੈ ਸਾਰੀ। ਪਰ ਇਹੋ ਜਿਹਾ ਨਹੀਂ ਖਾਵਣ ਦੀ ਸ਼ੈ, ਨਹੀਂ ਖਾਵਣ ਦੀ ਸ਼ੈ ਹੈਗੀ ਏਦੇ ਹੋਰ। ਇੱਥੇ ਰੇਤ ਦੀ ਖਿਲਾਰ ਲਈ ਹੈਗੀ, ਬਾਕੀ ਹੁਣ ਫਿਰ ਨਾ ਇੱਥੇ ਰੋੜੇ ਜੋੜ ਕੇ ਗੋ ਬੰਦ ਕਰੀਏ ਦਰਵਾਜ਼ਾ। ਜ਼ਿਆਦਾ ਉੱਚੀਆਂ ਇੱਥੇ ਇੱਟਾਂ ਵੀ ਜੋੜਨੀਆਂ ਨੇਗੀ, ਇੰਨੀਆਂ ਉੱਚੀਆਂ ਹੋਣੀ ਚਾਹੀਦੀਆਂ ਨੇਗੀ ਕਿ ਇੱਥੋਂ ਆਸਾਨੀ ਨਾਲ ਅਸੀਂ ਨਾਲ ਦੀਵਾਰ ਦੇ ਉੱਤੇ ਟੱਪ ਕੇ ਇਹਨਾਂ ਅੰਦਰ ਚਾਰ ਵਗੈਰਾ ਜਗ ਪਾਸ ਕੇ ਜਿਵੇਂ ਕਿ ਪਰਲੀ ਸਾਈਡ ਵਾਲੀ ਇਸੇ ਤਰ੍ਹਾਂ। ਇਹ ਪਰਲੀ ਸਾਈਡ 'ਤੇ ਕਿਵੇਂ ਚਲੀ ਗਈ? ਇੱਧਰ ਆ, ਨੂਰ ਨੇ ਮਹਿੰਦੀ ਵੀ ਲਾਈ ਸਿਰ 'ਤੇ ਅਤੇ ਅੰਦਰੋਂ ਇਹਨੇ ਸਫਾਈ ਵੀ ਕਰਨੀ ਹੈਗੀ, ਬਾਅਦ ਕਰਨਾ ਹੈਗਾ ਪਹਿਲਾਂ ਇੱਥੇ ਇੱਟਾਂ ਜੋੜੀ ਹੋਣ, ਫਿਰ ਸਾਰੀਆਂ ਜੋੜਨੇ ਜਿਹੜੀਆਂ ਕੋਈ ਐਕਸਟਰਾ ਹੋਈਆਂ ਨਾ ਬਚੀਆਂ ਹੋਈਆਂ ਉਹ ਉੱਥੇ ਰੱਖ ਦੇਵਾਂਗੇ, ਬਾਅਦ ਜਦੋਂ ਫਿਰ ਫਰੈਸ਼ ਵਗੈਰਾ ਲਾਇਆ ਨਾ ਬੜੀ ਕੰਮ ਦੇਵਣਗੇ ਅਤੇ ਥੱਲੇ ਪਾਵਣ ਕਰਨ। ਚਲੋ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ। ਪਰ ਇਹੋ ਜਿਹਾ ਕੋਈ ਨਹੀਂ ਖਾਵਣ ਦੀ ਚੀਜ਼, ਇਹਨੂੰ ਲੱਗਦਾ ਕੋਈ ਖਾਵਣ ਦੀ ਚੀਜ਼ ਦੇ ਤਰੱਕੀ ਜਾ ਰਹੇ ਨੇਗੇ। ਤੇਬੂ ਜਾਣ ਜਾ ਕੇ ਨਾ ਬੱਕਰੀਆਂ ਲਈ ਹੋਰ ਚਾਰਾ ਲੈ ਆਏ ਨੇਗੇ ਅਤੇ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਚਾਰਾ ਹੁਣ ਖਾਣ ਨੂੰ ਮਸਰੂਫ ਹੋ ਗਈਆਂ ਨੇ। ਚਲੋ ਮੈਂ ਜੇ ਨਾ ਟਾਈਮ ਤਾਂ ਕਿਤੇ ਬਾਹਰ ਲਾ ਲੈਣਾ ਗਿਆ, ਉਹ ਆਇਆ ਪਿਆ ਚਾਰਾ ਕਾਫੀ ਸਾਰਾ ਮਾਸ਼ਾਅੱਲਾ। ਹੋਰ ਅਤੇ ਇਹ ਰੋੜੇ ਇੰਨਾ ਇੱਥੇ ਜੋੜੇ ਵੀ ਅਤੇ ਆਸਾਨੀ ਨਾਲ ਡਿੱਗ ਜਾਣੇ, ਪਰ ਬੱਕਰੀ ਨੇ ਟੱਕਰ ਵਗੈਰਾ ਮਾਰੀ, ਲੇਕਿਨ ਕੋਈ ਨਾ ਜੋੜਨੇ ਆ ਵੈਸੇ ਜੋੜਨ ਦੇ ਆਉਣਾ ਹੈਗਾ ਕਿ ਬੱਕਰੀਆਂ ਨੂੰ ਚੱਕ ਰਵੇਗਾ ਤੇ ਦੀਵਾਰ ਜੀ ਅੱਗੇ ਬਾਹਰ ਨੂੰ ਨਹੀਂ ਨਿਕਲਣੀ, ਉਦੋਂ ਜਿਵੇਂ ਹੈ ਨਾ ਉਹ ਚਾਰਾ ਵਗੈਰਾ ਥੱਲੇ ਖਿਲਾ ਰਿਹਾ ਤਾਂ ਬਾਹਰ ਨਹੀਂ ਖਿਲਰ ਕੇ ਆਵੇਗਾ। ਅਤੇ ਅੰਮੀ ਜਾਣ ਹੀ ਇੱਧਰ ਜੀ ਰੋਟੀਆਂ ਲਾ ਰਹੀਆਂ ਨੇ, ਦੁਪਹਿਰ ਟਾਈਮ ਦੇ ਖਾਣੇ ਦਾ ਇੰਤਜ਼ਾਮ ਹੋ ਰਿਹਾ ਹੈਗਾ। ਅੱਜ ਹੀ ਰੋਟੀਆਂ ਹੋਣਗੀਆਂ ਤੰਦੂਰ ਦੀਆਂ, ਨਾਲ ਮੈਂ ਚਟਨੀ ਬਣਾਉਣ ਲੱਗੇ ਹੋ ਕਿ ਮਿਰਚਾਂ ਚੀਰ ਕੇ? ਚਲੋ ਸਹੀ ਹੈ, ਮੈਂ ਕਿਹਾ ਲੱਸੀ ਅਗਰ ਪੜੋਸੀਆਂ ਤਾਂ ਸਾਡੇ ਹੁਣ ਲੱਭਦੀ ਨਾ ਲੈ ਆਉਂਦੇ ਨੇਗੇ, ਪਤਾ ਕਿੱਧਰੋਂ ਇਹਨਾਂ ਦੇ ਦਿੰਦੇ, ਪਿੰਡ ਸਾਡੇ ਲੱਸੀ ਹੋਰ ਕੋਈ ਵੀ ਨਹੀਂ ਦਿੰਦਾ ਹੈਗਾ। ਐਵੇਂ ਜਾਂ ਡਾਰੀਆਂ ਵਗੈਰਾ ਜਾ ਕੇ ਨਹੀਂ ਲੈ ਆਉਂਦੇ ਉਧਰੋਂ? ਹਾਂ ਉਹ ਡਾਰੀਆਂ ਵਗੈਰਾ ਵਾਲਾ ਪੁਰਾਣਾ ਜਿਹਾ ਨਿਜ਼ਾਮ ਉੱਧਰ ਦੇ ਦਿੰਦੇ ਹੁੰਦੇ ਨੇ, ਅਤੇ ਸਾਡੇ ਪਿੰਡ ਸਾਰਿਆਂ ਨੇ ਆਪਣਾ ਦੁੱਧ ਵੇਚਣ 'ਤੇ ਹੀ ਲਾਇਆ ਹੋਇਆ, ਜਿਵੇਂ ਕਿ ਦੋਧੀਆਂ ਨੂੰ ਦੇ ਦਿੰਦੇ ਨੇਗੇ ਸੁਬਾਹ ਸੁਬਾਹ ਹੀ, ਕੋਈ ਲੱਸੀ ਵਗੈਰਾ ਨਹੀਂ ਡਿੱਗਦੇ ਨੇਗੇ। ਇਹਨਾਂ ਕੋਲ ਮਿਲ ਜਾਂਦੀ ਹੈ ਸਾਡੇ ਨਾਲ ਪੜੋਸੀ ਨੇਗੇ, ਅਤੇ ਅਸੀਂ ਮੈਂ ਸੋਚਿਆ ਅਸੀਂ ਚਟਨੀ ਬਣਾ ਲੈਣੇ, ਲੇਕਿਨ ਇਹ ਧਨੀਆ ਵਗੈਰਾ ਨਹੀਂ ਆਉਣਾ ਘਰ। ਚਲੋ ਰਹਿਣਗੇ, ਫਿਰ ਮਿਰਚਾਂ ਤਿੜਕਾ ਲਓ, ਹਰੀਆਂ ਮਿਰਚਾਂ ਜੇ ਉਹਨਾਂ ਨੂੰ ਚੀਰੇ ਦੇ ਕੇ ਫਿਰ ਨਮਕ ਲਾ ਕੇ ਫਿਰ ਉਹਨਾਂ ਨੂੰ ਗੀ ਦੇ ਵਿੱਚ ਇਹਨਾਂ ਤਿੜਕਾਲ ਨੇ, ਮਤਲਬ ਕਿ ਤਲਾਈ ਕਰ ਲੈਂਦੇ ਹਾਂ ਮਿਰਚਾਂ ਦੀ, ਸਿੱਧੀ ਗੱਲ ਹੈ ਜਿਹੜੀ।
ਆਪਣਾ ਕੰਮ ਕੰਟੀਨਿਊ ਰੱਖੀਏ ਅਤੇ ਇਨਸ਼ਾਅੱਲਾ ਤਾਲਾ ਬਸ ਨਾ 5-10 ਮਿੰਟਾਂ ਦੀ ਆ ਦੀਵਾਰ ਜਿਹੜੀ ਮੈਂ ਤਮੀਰ ਕਰ ਲੈਣੀ ਇੱਥੇ। ਤਕਰੀਬਨ ਇੰਨੀ ਦੀਵਾਰ ਬਣ ਗਈ, ਬਾਕੀ ਮੈਂ ਜੋੜ ਲੈਣਾ ਆ ਗਿਆ। ਅਮਜਾਨ ਨੇ ਰੋਟੀਆਂ ਪਕਾ ਲਈਆਂ ਨੇ, ਦੋ ਦੋ ਮਿਰਚਾਂ ਜਿਹੜੀਆਂ ਤੜਕਾ ਲਈਆਂ ਨੇ। ਆਹ ਅਮਜਾਨ ਸ਼ੋਪ ਚੋਂ ਮਿਲੇ ਨੇ 2-4 ਦੇ ਪੈਕਟ। ਹਾਂ ਬੱਚੇ ਜਿਹੜੇ ਨੇਗੇ ਮੈਂ ਖਾ ਲਵਾਂਗਾ, ਆਪਾਂ ਇਹਨਾਂ ਨੂੰ ਖਾਂਦੇ ਹਾਂ। ਵੈਸੇ ਬੜੀ ਕਰਾਰੀਆਂ ਕਰਾਰੀਆਂ ਹੋਣਗੀਆਂ। ਹਾਸ਼ਾ ਨੂੰ ਕਹਿਣਾ ਉਹਨਾਂ ਨਾ ਅੱਛੀ ਤਰ੍ਹਾਂ ਉੱਤੋਂ ਨਾ ਸੜਨ ਦੇਣੀ, ਕਿਉਂਕਿ ਇਹਨੇ ਕੌੜ ਮਰ ਜਾਵੇਗੀ। ਜ਼ਿਆਦਾ ਅੱਛੀ ਤਰ੍ਹਾਂ ਤਲਾਈ ਇਹਨੇ ਕਰੀਬਨ, ਫਿਰ ਕੌੜੀਆਂ ਨਹੀਂ ਰਹਿੰਦੀਆਂ, ਲੇਕਿਨ ਕਰਾਰੀਆਂ ਕਰਾਰੀਆਂ ਲੱਗਦੀਆਂ ਨੇਗੀਆਂ। ਅਗਰ ਇਹ ਹਰੀਆਂ ਹਰੀਆਂ ਰਹਿ ਜਾਵਣ ਨਾ ਬਹੁਤ ਜ਼ਿਆਦਾ, ਫਿਰ ਕੌੜੀਆਂ ਹੁੰਦੀਆਂ ਨੇਗੀਆਂ। ਚਲੋ ਠੀਕ ਹੈ, ਮਜਾਨ ਸਾਰਿਆਂ ਨੂੰ ਕੱਢ ਕੇ ਦਿਓ, ਰੋਟੀ ਮੈਂ ਬਣਾ ਲਵਾਂ ਆਪੇ, ਫਿਰ ਬਾਅਦ ਰੋਟੀ ਖਾਂਦਾ ਮੈਂ, ਠੀਕ ਹੈ ਨਾ। ਫਾਈਨਲੀ ਜੀ ਆਪਣਾ ਕੰਮ ਕੰਪਲੀਟ ਕਰ ਲਿਆ ਹੈਗਾ। ਜਿਹੜੀ ਇੱਥੇ ਆ ਦੀਵਾਰ ਨਾਲ ਜੋੜਨੀ ਸੀ, ਦੇਖੋ ਇੱਟਾਂ ਵਗੈਰਾ ਜੋੜ ਕੇ ਦੀਵਾਰ ਇੱਥੇ ਬਣਾ ਦਿੱਤੀ ਹੈਗੀ, ਜਿਵੇਂ ਕਿ ਪਰਲੀ ਸਾਈਡ 'ਤੇ ਬਣੀ ਹੋਈ ਆ। ਅਤੇ ਅੰਦਰੋਂ ਇਹਨਾਂ ਦੇ ਨਾਲ ਸਫਾਈ ਵੀ ਕਰਤੀ ਹੋਈ ਸਾਰੀ ਜਗ੍ਹਾ ਦੀ ਅੱਛੀ ਤਰ੍ਹਾਂ। ਅਤੇ ਹੁਣ ਬੜੀਆਂ ਖੁਸ਼ ਖੁਸ਼ ਬੱਕਰੀਆਂ ਇੱਥੇ ਖੜੀਆਂ ਨੇਗੀਆਂ, ਚਾਰਾ ਇਹਨਾਂ ਨਵਾਂ ਇੱਥੇ ਪਾਇਆ ਹੈਗਾ। ਇਸ ਸਾਈਡ 'ਤੇ ਹੁਣ ਦੀਵਾਰ ਹੈਗੀ, ਪਰਲੀ ਸਾਈਡ 'ਤੇ ਦੀਵਾਰ ਹੈ। ਬਾਹਰ ਇਹ ਨਿਕਲ ਨਹੀਂ ਸਕਦੀਆਂ, ਕਿਉਂਕਿ ਅੱਗੇ ਇੱਥੇ ਖੜੀਆਂ ਹੁੰਦੀਆਂ ਸੀ, ਬਾਹਰ ਨਿਕਲ ਆਉਂਦੀਆਂ ਆਉਣਗੀਆਂ, ਉਹਨਾਂ ਦੇ ਅੰਦਰ ਹੀ ਰਿਹਾ ਕਰਨਗੀਆਂ। ਅਤੇ ਅੰਦਰ ਹੀ ਇਹਨਾਂ ਨੇ ਅਗਰ ਘਾਸ ਵਗੈਰਾ ਖਿਲਾ ਰਿਹਾ ਤਾਂ ਬੰਦਾ ਥੱਲੋਂ ਝਾੜੂ ਵਗੈਰਾ ਦੇ ਕੇ ਸਫਾਈ ਕਰ ਲੈਂਦਾ ਹੈਗਾ ਅੱਛੀ ਤਰ੍ਹਾਂ। ਅਤੇ ਮਾਸ਼ਾਅੱਲਾ ਜੀ ਪਰੀਸ਼ਾ ਨੇ ਫਰਸ਼ ਦੀ ਅੱਛੀ ਤਰ੍ਹਾਂ ਸਾਫ਼ ਸਫਾਈ ਕਰਤੀ ਸੀਗੀ, ਦੇਖੋ ਕਿਤਨੀ ਸਫਾਈ ਹੈਗੀ। ਬਾਕੀ ਇਹ ਹੈਗਾ ਜਿਹੜੇ ਆ ਪੌਦੇ ਨੇ ਨਾ, ਇਹਨਾਂ ਦੇ ਪੱਤਿਆਂ ਦੇਖੋ ਸੀ ਕਿਵੇਂ ਗੱਟਾ ਮਿੱਟੀ ਹੈਗਾ। ਇਹਨਾਂ ਨੂੰ ਤੂੰ ਵਾਸ਼ ਕਰਨੇ ਆ, ਜਿਹੜੇ ਆ ਫੱਟੇ ਪਏ ਨੇਗੇ ਇਹਨਾਂ ਨੂੰ ਵਾਸ਼ ਕਰਨੇ। ਇਹ ਲੈ ਜਿਹਾ ਫੱਟਾ ਹੈ ਨਾ ਇੱਥੇ, ਹੁਣ ਲੋਕੇਸ਼ਨ ਅਜੀਬ ਜਿਹੀ ਲੱਗ ਰਹੀ ਹੈਗੀ। ਮੇਰਾ ਦਿਲ ਸੀ ਇਹਦੇ 'ਤੇ ਜੇ ਇਹਨਾਂ ਬੰਦਾ ਸਬਜ਼ੀ ਵਗੈਰਾ ਲੈਂਦਾ ਹੈਗਾ ਉਹ ਰੱਖ ਲਵੇ ਇੱਥੇ, ਅੱਗੇ ਜਿਹੜਾ ਨਾ ਥੱਲੇ ਕੰਡਾ ਵਗੈਰਾ ਇਹਦੇ 'ਤੇ ਰੱਖ ਲੈਂਦਾ ਹੈਗਾ। ਲੇਕਿਨ ਸੈਟਅਪ ਜਿਹੜਾ ਨਾ ਥੋੜ੍ਹਾ ਚੇਂਜ ਕਰੀ, ਜਿਵੇਂ ਪਹਿਲੇ ਰੱਖਿਆ ਹੁੰਦਾ। ਇਹ ਫੱਟਾ ਹੋਵੇ ਨਾ ਉੱਥੇ ਇੰਜ ਤੇ ਇੰਜ, ਅਤੇ ਜਿਹੜਾ ਉਹ ਫੱਟਾ ਪਿਆ ਉੱਥੇ ਐਵੇਂ ਵਿਹਲਾ ਪਿਆ ਹੋਇਆ, ਉਹਨੂੰ ਚੱਕ ਕੇ ਉਹਦੇ ਅੱਗੇ ਰੱਖਣਾ ਜਿਵੇਂ ਇਹ ਥੱਲੇ ਪਿਆ। ਉਹ ਇੰਜ ਤੇ ਇੰਜ ਫੱਟਾ ਹੋਵੇਗਾ ਇਹ ਵਾਲਾ, ਉਹਦੇ ਅੱਗੇ ਫਿਰ ਉਹ ਨੀਵਾਂ ਫੱਟਾ ਆ ਜਾਣਾ, ਉਹਨੂੰ ਥੱਲੇ ਇੰਜ ਤੇ ਇੰਜ ਕਰਕੇ ਰੱਖ ਦਿੰਦੇ। ਉਹਦੇ 'ਤੇ ਲਾਏ ਕਰਾਂਗੇ ਜੀ ਪਕੌੜੇ ਸਮੋਸੇ, ਅਤੇ ਇਹਦੇ 'ਤੇ ਸਬਜ਼ੀ ਲਾਈ ਕਰਾਂਗੇ। ਅਤੇ ਇਹ ਜਿਹੜੇ ਫੱਟੇ ਰਹਿ ਗਏ ਕੁਆਂਟਰ ਵਾਲੇ, ਇਹਨਾਂ 'ਚੋਂ ਇੰਜ ਕਰਨੇ ਹੈਗੇ ਅੰਦਰ ਦੁਕਾਨ ਦੇ, ਤਾਂ ਹੁਣ ਕੋਈ ਰੱਖਿਆ ਨਹੀਂ ਜਾਣਾ ਹੈਗਾ। ਇੱਕ ਜਿਹੜਾ ਹੈਗਾ ਘਰ ਦੇ ਅੰਦਰ ਰੱਖ ਲੈਂਦੇ ਹਾਂ ਕੱਪੜੇ ਵਗੈਰਾ ਇਸਤਰੀ ਕਰਨ ਵਾਸਤੇ, ਅਲੱਗ ਪਹਿਲੇ ਹੀ ਹੈਗਾ, ਬੰਦਾ ਮੋਢੇ ਰੱਖ ਲੈਂਦਾ ਕੋਈ ਚੀਜ਼ ਉੱਤੇ ਰੱਖ ਲੈਂਦਾ ਹੈਗਾ ਘਰ ਦੇ ਵਿੱਚ। ਅਤੇ ਇੱਕ ਜਿਹੜਾ ਇੱਥੇ ਬਾਹਰ ਪਿਆ ਰਹੇਗਾ, ਜਾਂ ਇਹ ਵੀ ਅੰਦਰ ਘਰ ਦੇ ਅੰਦਰ ਕਿਤੇ ਨਾ ਸੇਫ ਜਗ੍ਹਾ 'ਤੇ ਰੱਖੀ, ਇੱਥੇ ਇਹਨਾਂ ਨੂੰ ਪਾਣੀ ਵਗੈਰਾ ਨਾ ਲੱਗੇ, ਪਾਣੀ ਨਾਲ ਫੁੱਲ ਜਾਂਦੇ ਨੇਗੇ। ਇਹਨਾਂ ਨੂੰ ਧੋਣ ਹੀ ਨਹੀਂ ਧੋਣਾ, ਇਹਨਾਂ ਨੂੰ ਮੈਂ ਕੱਪੜੇ ਨਹੀਂ ਸਾਫ਼ ਕਰਨਾ ਹੈਗਾ ਜੀ, ਮਿੱਟੀ ਵਗੈਰਾ ਉਹਦੇ ਲਵੇਗੀ। ਇਹ ਇੱਕ ਸਾਈਡ 'ਤੇ ਕਰਨੇ ਆ ਫੱਟੇ, ਪਹਿਲੇ ਨਾ ਹੀ ਸੈਟਿੰਗ ਕਰ ਲਈ ਐਂ ਅਤੇ ਰੱਖਣੇ ਆ ਫੱਟੇ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਮੋਟਰ ਚਲਾ ਕੇ ਇਹਨਾਂ ਨੂੰ ਇੱਥੇ ਹੀ ਧੋ ਦੇਵਾਂਗੇ, ਅਤੇ ਸਫਾਈ ਵੀ ਥੱਲੋਂ ਕਰ ਲੈਣੇ, ਫਰਸ਼ ਵਗੈਰਾ ਜਿਹੜੇ ਇਹਦੀ ਵਾਸ਼ ਕਰ ਲੈਂਦੇ ਹਾਂਗੇ। ਅਤੇ ਉਂਝ ਫਿਰ ਆ ਚੱਕ ਕੇ ਪਹਿਲੇ ਨਾ ਘਰ ਦੇ ਅੰਦਰ ਰੱਖ ਲੈਂਦੇ ਹਾਂਗੇ ਲਾਲ ਕਲਰ ਵਾਲੇ, ਕਿਉਂਕਿ ਉਹਨਾਂ ਨੂੰ ਸੇਫ ਰੱਖ ਲਈਏ, ਉਸ ਤੋਂ ਬਾਅਦ ਫਿਰ ਇਹਨਾਂ ਦੀ ਸੈਟਿੰਗ ਵੀ ਕਰਨੀ ਆ।
ਬਾਕੀ ਇੱਥੇ ਲਿਆ ਕੇ ਰੱਖਤਾ ਹੈਗਾ ਅਤੇ ਅੰਮੀ ਜਾਨ ਜੀ ਅੰਦਰ ਖਾਣਾ ਖਾ ਰਹੇ ਹੈ, ਖਾਣਾ ਖਾ ਲੈਂਦੇ ਨੇਗੇ ਨਾ, ਉਸ ਤੋਂ ਬਾਅਦ ਫਿਰ ਇਹ ਚੱਕ ਕੇ ਉਸਦੇ ਅੰਦਰ ਹੀ ਰੱਖਾਂਗੇ ਅਤੇ ਚੱਲ ਕੇ ਹੁਣ ਫਿਰ ਜੇ ਵੱਡੇ ਫੱਟੇ ਪਏ ਨੇਗੇ ਉਹਨਾਂ ਸੈਟਿੰਗ ਕਰੀਏ। ਵੇਖੋ ਨਾ ਵਿਹਲੇ ਫਟਿਆ ਪਿਆ ਹੋਇਆ ਨੇ, ਜਗ੍ਹਾ ਜਿਹੜੀ ਅਜੀਬ ਜਿਹੀ ਲੱਗ ਰਹੀ ਸੀਗੀ, ਹੁਣ ਦੇਖੋ ਸਾਰੀ ਜੇ ਨਾ ਖੁੱਲ੍ਹੀ ਖੁੱਲ੍ਹੀ ਜਗ੍ਹਾ ਲੱਗ ਰਹੀ ਹੈ, ਹਾਲੇ ਤੱਕ ਜਦੋਂ ਨਾਲ ਨਾਲ ਉੱਥੇ ਸੈਟਿੰਗ ਹੋ ਜਾਣੀ ਹੈ, ਬਹੁਤ ਪਿਆਰੀ ਲੱਗੇਗੀ। ਫਿਰ ਮੈਨੂੰ ਤਾਂ ਪਹਿਲੇ ਆਏਗੀ ਕਿ ਇਹ ਨਾ ਇਹਦੇ ਥੱਲੇ ਗੁੱਸ ਜਾਵੇਗਾ ਅਤੇ ਥੱਲੇ ਨਾ ਸੈਟਿੰਗ ਬੜੀ ਪਿਆਰੀ ਸਟੈਪ ਬਾਏ ਸਟੈਪ ਹੋ ਜਾਣੀ, ਲੇਕਿਨ ਉਸ ਤਰ੍ਹਾਂ ਨਾ ਥੋੜ੍ਹਾ ਜਿਹਾ ਵੱਡਾ ਹੈਗਾ, ਇਤਨਾ ਨਾਲ ਵੱਧ ਹੈਗਾ। ਅਤੇ ਫਿਰ ਇੰਝ ਕਰਨੇ ਇਹਨੂੰ ਥੋੜ੍ਹਾ ਜਿਹਾ ਅੱਗੇ ਕੱਢ ਕੇ ਰੱਖਦੇ ਨੇ, ਵਿੱਚੋਂ ਗਲੀ ਰੱਖਦੇ ਨੇ, ਜਿਵੇਂ ਪਹਿਲੇ ਪਹਿਲੇ ਸ਼ੋਪ ਦੀ ਸੈਟਿੰਗ ਕੀਤੀ ਹੋਈ ਸੀ। ਇੱਥੇ ਬਾਹਰ ਪਿੱਛੇ ਸਬਜ਼ੀ ਪਈ ਹੁੰਦੀ ਸੀ, ਇੱਥੇ ਅੱਗੇ ਜਿਹੜਾ ਪਕੌੜੇ ਵਗੈਰਾ ਇੱਥੇ ਲਾਈ ਕਰਦੇ ਸੀ, ਇਹ ਉਵੇਂ ਨਿਜ਼ਾਮ ਬਣ ਜਾਣਾ। ਚਲੋ ਕੋਈ ਨਾ, ਉਸੇ ਤਰ੍ਹਾਂ ਸੈਟਿੰਗ ਕਰ ਲੈਂਦੇ ਹਾਂ, ਰੱਖਣੇ ਹਾਂ ਫਿਰ ਇੱਥੇ ਇਹਨਾਂ ਨੂੰ, ਇਹ ਛਾਂ ਹੋਵੇਗੀ ਨਾ, ਇਹ ਹੀ ਬੜਾ ਫਾਇਦਾ ਹੈਗਾ। ਜਦੋਂ ਵੀ ਇਨਸ਼ਾਅੱਲਾ ਤਾਲਾ ਨੂੰ ਕੰਮ ਸ਼ੁਰੂ ਕੀਤਾ ਨਾ, ਸਮੋਸਿਆਂ ਪਕੌੜਿਆਂ ਦਾ, ਇੱਥੇ ਬਾਹਰ ਅਪਲਾਈ ਕੀਤੀ ਕਰਾਂਗੇ ਅਤੇ ਇਸ ਟਾਈਮ ਸ਼ੁਰੂ ਕੀਤੀ ਕਰਾਂਗੇ, ਕਿਉਂਕਿ ਇਸ ਟਾਈਮ ਇੱਥੇ ਛਾਂ ਹੋਈ ਕਰੇਗੀ। ਅਤੇ ਇਨਸ਼ਾਅੱਲਾ ਤਾਲਾ ਅਨ ਕਰੀਬ ਹੀ ਨਾ, ਬਸ ਥੋੜ੍ਹੇ ਜਿਹੇ ਆਪਣੇ ਹਾਲਾਤ ਸੈੱਟ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਸ਼ੋਪ 'ਤੇ ਸਮਾਨ ਪਾਉਂਦੇ ਹਾਂਗੇ ਅਤੇ ਇਹ ਵੀ ਕਾਰੋਬਾਰ ਨਾਲ ਸ਼ੁਰੂ ਕਰਨਾ, ਸਬਜ਼ੀ ਵਾਲਾ ਵੀ ਅਤੇ ਪਕੌੜਿਆਂ ਸਮੋਸਿਆਂ ਦਾ ਜਿਹੜਾ ਆਪਣਾ ਪੁਰਾਣਾ ਕਾਰੋਬਾਰ ਹੈ, ਇਨਸ਼ਾਅੱਲਾ ਤਾਲਾ ਲਾਜ਼ਮੀ ਕਰਾਂਗੇ। ਇਹ ਸੂਰਤ ਹਾਲ ਇਸ ਮੀਟਰ ਦੀ ਬਣੀ ਖੋਤੀ, ਅਸੀਂ ਕਹਿੰਦੇ ਮੀਟਰ ਹੱਲਿਆ ਹੋਇਆ, ਲੇਕਿਨ ਵਾਟਾ ਵਾਲੇ ਕਹਿੰਦੇ ਨੇ ਤੁਸੀਂ ਹੱਲੇ ਹੋਏ ਹੋ, ਇਤਨੀ ਗਾਰੇ ਸੀ ਬਿਜਲੀ ਬਲਦੇ ਹੋ, ਲੇਕਿਨ ਗਾਰੇ 'ਚ ਹੁਣ ਇਸ ਟਾਈਮ ਇੱਕ ਏਅਰ ਕੂਲਰ ਚੱਲ ਰਿਹਾ ਅਤੇ ਅੰਦਰ ਇੱਕ ਪੱਖਾ ਚੱਲ ਰਹੀ, ਠੰਡੀ ਹੋਰ ਬੈਠਣ ਬਸ, ਇਤਨੀ ਤੇਜ਼ੀ ਨਾਲ ਜਿਹੜੀ ਫਿਰਕੀ ਜੀ ਗੁੰਮੀ ਜਾ ਰਹੀ, ਗੋਲ ਗੋਲ ਗੁੰਮੀ ਜਾ ਰਹੀ ਹੈਗੀ, ਪਤਾ ਨਹੀਂ ਕੀ ਰੋਲਾ ਹੈਗਾ। ਇਹ ਹੈ ਵੀ ਅਸੀਂ ਤਾਂ ਸੋਚਦੇ ਹਾਂ ਮੀਟਰ ਹੀ ਚੇਂਜ ਕਰਾਈਏ, ਉਹਨਾਂ ਨੇ ਕਹਿੰਦੇ ਪੁਰਾਣਾ ਮੀਟਰ ਹੈ, ਹੁਣ ਉਹਨਾਂ ਨੇ ਨਵੇਂ ਮੀਟਰ ਕੱਢੇ ਨੇ ਜੀ, ਉਹ ਜੀ ਉਹ ਛੋਟਾ ਖੜਾ ਹੈਗਾ, ਉਹ ਠੀਕ ਨੇਗੇ, ਉਹਨਾਂ ਜਿੰਨਾ ਜ਼ਿਆਦਾ ਬਿੱਲ ਨਹੀਂ ਆਉਂਦਾ ਹੁੰਦਾ, ਵੈਸੇ ਉਹ ਖਰਾਬ ਖਰੂਬ ਹੋ ਗਿਆ, ਕੋਈ ਰੋਲਾ ਬਣਿਆ ਹੈਗਾ, ਵਾਪਟਾਂ ਵਾਲੇ ਮੰਨ ਨਹੀਂ ਰਹੇ ਨੇਗੇ। ਹੁਣ ਇਸ ਤਰ੍ਹਾਂ ਦੇ ਛੋਟੇ ਮੀਟਰ ਚੱਲੇ ਹੋਏ ਨੇ, ਇਸ ਤਰ੍ਹਾਂ ਦਾ ਮੀਟਰ ਜਿਹੜੇ ਲਵਾਉਂਦੇ ਹਾਂ, ਇਸੇ ਨਾਮ 'ਤੇ ਲੱਗ ਜਾਵੇਗਾ, ਇਹ ਲੈ ਜਾਵਣਗੇ ਚੇਂਜ ਕਰਕੇ ਦੇ ਜਾਵਣਗੇ। ਚਲੋ ਕਰਨੇ ਆ ਨਾ ਕੁਛ, ਇਸ ਤਰ੍ਹਾਂ ਅਬੂ ਜਾਨ ਨੂੰ ਕਹਿੰਦਾ ਗੱਲ ਕਰੋ ਉਹਨਾਂ ਨਾਲ, ਅਸੀਂ ਨਹੀਂ ਇਹ ਮੀਟਰ ਲਵਾਉਣਾ ਹੈਗਾ। ਅਤੇ ਮੋਟਰ ਜੀ ਚਲਾ ਲਈ ਹੁਣ, ਫਿਰ ਫਰਸ਼ ਜਿਹੜਾ ਨਾ ਇਹਨੂੰ ਅੱਲਣ ਯਾਦ ਕਰਕੇ ਲੱਗ ਜਾਂਦੇ, ਅੱਛੀ ਤਰ੍ਹਾਂ ਵਾਸ਼ ਕਰੀਏ, ਦੇਖੋ ਕਿਤਨਾ ਡਸਟ ਹੈਗਾ ਅੰਦਰ 'ਤੇ, ਫਟਿਆਂ ਨੂੰ ਨਵਾ ਦੀ ਠੰਡੇ ਹੋ ਜਾਵਣਗੇ, ਦੇਖੋ ਕਿਤਨੀ ਇਹਨਾਂ 'ਤੇ ਮਿੱਟੀ ਪਈ ਪਈ ਆ। ਅਤੇ ਚਲੋ ਜੀ ਹੁਣ ਫਿਰ ਪੌਦਿਆਂ ਨੂੰ ਉੱਤੋਂ ਨਵਾ ਦੀ ਅੱਛੀ ਤਰ੍ਹਾਂ, ਫਾਈਨਲੀ ਜੀ ਫਰਸ਼ ਜਿਹੜਾ ਅੱਛੀ ਤਰ੍ਹਾਂ ਵਾਸ਼ ਕਰਤਾ ਸੀ, ਚੈੱਕ ਕਰੋ ਕਿਤਨੀ ਸਫਾਈ ਹੋ ਗਈ, ਮਾਸ਼ਾਅੱਲਾ ਸਫਾਈ ਸਫਾਈ ਹੋ ਗਈ। ਅੱਗੇ ਪਾਣੀ ਵੀ ਥੋੜ੍ਹਾ ਬਹੁਤ ਛਿੜਕਿਆ, ਇੱਥੇ ਅੱਗੇ ਅੰਕਲ ਰਿਕਸ਼ੇ ਵਾਲੇ ਖੜ੍ਹੇ ਰਹੇ ਨੇ, ਉਹ ਸਾਹਮਣੇ ਜਾ ਰਹੇ ਨੇਗੇ, ਉਹ ਅੰਬ ਲਈ ਫਿਰਦੇ ਸੀਗੇ, 80 ਰੁਪਏ ਕਿਲੋ ਅੰਬ ਵੇਚਦੇ ਫਿਰਦੇ ਹਨ। ਅਤੇ ਫਿਰ ਅੱਬੂ ਜਾਨ ਦੇ ਦੋਸਤ ਵੀ ਨਿਕਲੇ, ਅੱਬੂ ਜਾਨ ਬਾਹਰ ਆਏ ਨੇ, ਗੱਲਬਾਤ ਉਹਨਾਂ ਨੇ ਕੀਤੀ, ਪਤਾ ਨਹੀਂ 500 ਦੀ ਕਿ 450 ਰੁਪਏ ਦੀ ਦੁਸ਼ਹਿਰੀ ਅੰਬਾਂ ਦੀ ਪੇਟੀ ਦੇ ਗਏ ਨੇਗੇ। ਚੱਲ ਕੇ ਤੁਹਾਨੂੰ ਦਿਖਾਉਣਾ ਆ ਗਿਆ ਫਰਿੱਜ ਉੱਧਰ ਰੱਖੀ, ਬਾਕੀ ਸਫਾਈ ਤਾਂ ਮੁਕੰਮਲ ਹੋ ਗਈ ਹੈਗੀ। ਹੁਣ ਫਿਰ ਬਸ ਇੱਥੇ ਨਾ ਸਮਾਨ ਹੀ ਲਿਆ ਕੇ ਇਨਸ਼ਾਅੱਲਾ ਤਾਲ ਰੱਖਣਾ, ਅਨ ਕਰੀਬ ਵੀ ਬਸ ਉਹ ਵੀ ਲੈ ਆਉਂਦੇ ਹਾਂਗੇ, ਸਬਜ਼ੀ ਵਗੈਰਾ ਵੀ ਹੋਵੇਗੀ ਇੱਥੇ ਅੱਗੇ, ਸਮੋਸੇ ਪਕੌੜੇ ਵਗੈਰਾ। ਅਤੇ ਇਨਸ਼ਾਅੱਲਾ ਤਾਲਾ ਮੈਂ ਕੋਸ਼ਿਸ਼ ਕਰਨਾ ਸੁਬਹਾ ਲਈ ਸ਼ੁਰੂ ਕਰੀਏ, ਕਿਉਂਕਿ ਬੇਸਣ ਵਗੈਰਾ ਮੇਰੇ ਕੋਲ ਪਿਆ, ਆਲੂ ਵਗੈਰਾ ਲੈਣੇ ਨੂੰ ਸ਼ਹਿਰੋਂ, ਇਨਸ਼ਾਅੱਲਾ ਤਾਲਾ ਸੁਬਹਾ ਲੈ ਆਵਾਂਗੇ। ਅਤੇ ਉਹ ਸਮੋਸੇ ਪਕੌੜਿਆਂ ਦਾ ਕੰਮ ਸ਼ੁਰੂ ਕਰਨੇ, ਅੰਦਰ ਜਿਹਾ ਬੱਚਿਆਂ ਦੀ ਖਾਣ ਪੀਣ ਦੀ ਥੋੜ੍ਹੀ ਬਹੁਤੀ ਚੀਜ਼ਾਂ ਵੀ ਇਨਸ਼ਾਅੱਲਾ ਤਾਲਾ ਲੈ ਆਉਂਦੇ ਹਨ ਕਰੀਬ ਹੀ, ਆਹਿਸਤਾ ਆਹਿਸਤਾ ਸਮਾਨ ਜਿਹੜਾ ਨਾ ਵਧਾਉਣਾ ਸ਼ੁਰੂ ਕਰਨੇ ਆ, ਜਿਵੇਂ ਜਿਵੇਂ ਮੇਰੇ ਕੋਲ ਪੈਸੇ ਆਉਂਦੇ ਗਏ ਮੈਂ
ਸਮਾਨ ਲਿਆ ਕੇ ਪਾਉਂਦਾ ਜਾਵਾਂਗਾ। ਇਹ ਹੈਗਾ ਘਰ 'ਚ ਕੋਈ ਟੈਨਸ਼ਨ ਨਾ ਬਣੇ, ਬਸ ਇਹੀ ਦੁਆ ਕਰਨੀ ਹੈਗੀ ਕੋਈ ਬਿਮਾਰ ਵਗੈਰਾ ਨਾ ਹੋ ਜਾਵੇ। ਖਰਚੇ ਸਾਰੇ ਉੱਧਰ ਹੋ ਜਾਂਦੇ ਨੇ, ਫਿਰ ਅਸੀਂ ਕਹਿੰਦੇ ਅਸੀਂ ਗਾਰੇ ਸਾਰਾ ਕੁਝ ਖਾ ਗਿਆ। ਚਲੋ ਠੀਕ ਹੈ, ਬਾਕੀ ਹੁਣ ਤੁਸੀਂ ਦੱਸੋ ਅਤੇ ਪਹਿਲੇ ਦੀ ਦੱਸੋ, ਇਹ ਵੀ ਡੇਅਰੀ ਇੱਥੇ ਉੱਤੋਂ ਉੱਤੇ ਕਰਤੀ ਹੈ, ਇੱਥੇ ਕਿਤਨਾ ਕਚਰਾ ਕਚਰਾ ਜਿਹਾ ਸੀਗਾ ਜੀ, ਸਫਾਈ ਹੋ ਗਈ ਮਾਸ਼ਾਅੱਲਾ ਸਾਰੀ। ਮੈਨੂੰ ਇਸ ਟਾਈਮ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈਗੀ, ਅੰਮੀ ਜਾਨ ਮੈਨੂੰ ਬੁਲਾ ਰਹੀਆਂ ਨੇ ਚੱਲ ਕੇ ਖਾਣਾ ਖਾਣਾ ਆ ਗਿਆ ਹੁਣ ਫਿਰ, ਅਤੇ ਉਦੋਂ ਹੀ ਅੰਮੀ ਜਾਨ ਜਿਹੜੀ ਨੇ ਇੱਥੇ ਅੰਬ ਕੱਢ ਕੇ ਬੈਠੀਆਂ ਨੇ। ਮੈਂ ਤਾਂ ਕਹਿੰਦਾ ਮੈਂ ਤਾਂ ਕੋਈ ਨਹੀਂ ਮਿਰਚਾਂ ਵਗੈਰਾ ਨਾ ਖਾਓ, ਨਾ ਅਚਾਰ ਨਾ ਖਾਓ, ਤੁਸੀਂ ਮੈਨੂੰ ਇੰਨਾ ਅੰਬਾਂ ਨਾਲ ਦਿਓ, ਰੋਟੀ ਨਾਲ ਦੇ ਦਿਓ ਅਤੇ ਨਾਲ ਅੰਬ ਖਾਣਾ ਆ ਗਿਆ। ਇਹ 550 ਰੁਪਏ ਦੀ ਮਿਲੀ ਹੈਗੀ ਪੇਟੀ, ਅੱਬੂ ਜਾਨ ਕਹਿ ਰਹੇ ਨੇ। ਮੈਨੂੰ ਲੱਗਾ ਸੀ 450 ਰੁਪਏ ਦੱਸ ਰਹੇ ਸੀ, ਕਹਿੰਦੇ ਪਿੰਡ 100 ਰੁਪਏ ਉਹਨਾਂ ਨੇ ਬੱਚਤ ਦਿੱਤੀ, ਫਿਰ ਮੰਡੀਓਂ ਲੈ ਆਉਣਾ ਕਿਰਾਇਆ ਵਗੈਰਾ ਔਰ ਆਪਣਾ ਪੈ ਜਾਂਦਾ ਹੈਗਾ, ਅਤੇ ਉਹਨਾਂ ਨੇ ਸੱਚ ਸੱਚ ਦੱਸਿਆ ਹੈਗਾ ਕਿ 450 ਰੁਪਏ ਪੇਟੀ ਲੈ ਆ ਗਿਆ, ਦੁਸ਼ਹਿਰੀ ਅੰਬ ਨੇਗੇ ਮਿੱਠੇ, ਚੈੱਕ ਕਰੋ ਇਹਦੇ 'ਚ ਕੋਈ ਨਾ ਆ ਕੱਚੇ ਨਿਕਲੇ ਨੇਗੇ ਅੰਬੀਆਂ, ਮੋਬਾਇਲ ਦੇ ਵਿੱਚ ਨਹੀਂ ਨਾ ਕੋਈ ਕੋਈ ਪੱਕ ਪੈਂਦੀ ਹੈ, 2-3 ਸੀਗੀਆਂ, ਇੱਕ ਹੈ ਜੀ, ਇਹ ਕੋਈ ਇਸ ਤਰ੍ਹਾਂ ਦੀ ਵਿੱਚ 1-2 ਹੀ ਨੇਗੇ, ਫਿਰ ਵੀ ਵਾਲੇ 'ਚ ਨੇਗੇ। ਹਾਂ ਸੁਬਾਹ ਤੱਕ ਇਹ ਤਿਆਰ ਹੋ ਜਾਏਗਾ, ਇਹਨਾਂ ਨੇ ਇਹਨਾਂ ਨੂੰ ਬੰਦ ਕਰਕੇ ਰੱਖ ਲਈ, ਇਹਨਾਂ 'ਚ ਕੱਢ ਲਓ ਨਾ ਜਿਹੜੇ ਆ ਪੀਲੇ ਪੀਲੇ ਨੇ ਖਾਣ ਵਾਲੇ, ਮਿੱਠੇ ਮਾਸ਼ਾਅੱਲਾ ਬਹੁਤ ਜ਼ਿਆਦਾ ਨੇ, ਅੰਮੀ ਜਾਨ ਦੱਸ ਰਹੀਆਂ ਇਹਨਾਂ ਟਰਾਈ ਕਰ ਲਿਆ ਪਹਿਲੇ, ਅਤੇ ਮੈਂ ਵੀ ਹੁਣ ਫਿਰ ਰੋਟੀ ਵਗੈਰਾ ਖਾ ਲੈਣਾ ਆ ਗਿਆ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਫਿਰ ਮਿਲਦੇ ਹਾਂ। ਅਲਹਮਦੁਲਿਲਾ ਜੀ ਖਾਣਾ ਖਾ ਲਿਆ ਸੀ, ਖਾਣਾ ਖਾਂਦਿਆਂ ਲਓ ਫੌਰਨ ਹੀ ਮੈਨੂੰ ਨੀਂਦਰ ਆ ਗਈ, ਕਿਉਂਕਿ ਸੁਬਾਹ ਗਰਮੀ ਬਹੁਤ ਜ਼ਿਆਦਾ ਸੀ, ਆਪਾਂ ਤਾਂ ਮਾੜੀ ਮੋਟੀ ਚੱਲੀ ਸੀ ਲੇਕਿਨ ਗਰਮੀ ਤਾਂ ਲੱਗਦੀ ਨਾ ਕੰਮ ਕਰਨ ਲੱਗਿਆ, ਉਸ ਵਜ੍ਹਾ ਥਕਾਵਟ ਜੀ ਹੋ ਗਈ, ਫਿਰ ਰੈਸਟ ਕੀਤੀ ਹੈਗੀ, ਅਤੇ ਉਧਰੋਂ ਆਪਣਾ ਵਾਲਾ ਜਿਹਾ ਵਿਲਾਗ ਸੀਗਾ ਮੇਰਾ ਦਿਲ ਹੈਗਾ ਅਪਲੋਡ ਕਰਦੀ, ਟੈਮੋ ਟਾਈਮ ਸੈਕਿੰਡ ਟਾਈਮ ਜੈਨ ਠੰਡੇ ਠੰਡੇ ਟਾਈਮ, ਔਰ ਵੀ ਕਾਫੀ ਕੰਮ ਕਰਨੇ ਨੇ, ਬੱਕਰੀਆਂ ਦੀ ਬਾਹਰ ਇੰਤਜ਼ਾਮ ਕਰ ਲੈਣੇ ਆ ਗਏ, ਅਤੇ ਛਾਂ ਕੀ ਚੀਜ਼ ਦੀ ਬਣਾਉਣੀ ਇਹ ਵੀ ਤੁਹਾਨੂੰ ਅਗਲੇ ਵਿਲਾ ਕੇ ਦੱਸਾਂਗਾ, ਤੁਸੀਂ ਅੰਦਾਜ਼ਾ ਕਰਕੇ ਦੱਸਣਾ ਮੈਂ ਛਾਂ ਕੀ ਚੀਜ਼ ਦੀ ਉੱਥੇ ਬਣਾ ਸਕਣਾ ਆ ਗਿਆ। ਇਹ ਛਾਂ ਲਈ ਕੱਪੜਾ ਜਿਹੜਾ ਸਾਨੂੰ ਖੁਦ ਹੀ ਤਿਆਰ ਕਰਨਾ ਪੈਣਾ ਗਾਰੇ 'ਚ ਹੀ, ਅਤੇ ਉਹ ਇੰਤਜ਼ਾਮ ਇਨਸ਼ਾਅੱਲਾ ਤਾਲਾ ਕਰਨੇ ਆ ਸੈਕਿੰਡ ਟਾਈਮ, ਅਤੇ ਕੱਲ੍ਹ ਜਿਹੜਾ ਨਾ ਇਸ ਟਾਈਮ ਉੱਥੇ ਛਾਂ ਬਣੀ ਹੋਏਗੀ, ਥੱਲੇ ਜਾਂ ਬੱਕਰੀਆਂ ਬੰਨੀਆਂ ਹੋਣਗੀਆਂ, ਠੀਕ ਹੈ। ਉਦੋਂ ਆਪਣਾ ਵਾਲਾ ਜਿਹਾ ਵਿਲਾਗ ਫਿਰ ਖਤਮ ਕਰੀ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਪਏ ਜਾਓ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਕਰ ਲੈਣਾ, ਅਤੇ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫੋਰ ਵਾਚਿੰਗ ਐਂਡ ਅੱਲਾਹ ਹਾਫਿਜ਼। ਆਇਸ਼ਾ ਤੂੰ ਫਰਜ਼ ਧੋਣ ਲੱਗੀ, ਇੱਥੇ ਗੱਟਾ ਮਿੱਟੀ ਬਹੁਤ ਜ਼ਿਆਦਾ ਸੀਗਾ।